अगर आपने हमारे चैनल को सब्सक्राइब नहीं किया है तो इसे सब्सक्राइब कर लें। कोरोना वायरस के चलते पंजाब अंदर लगे कर्फ्यू दौरान तहसील गिद्दड़बाहा अंदर एक और जहां सियासी नेता गरीबों का पेट भरने की खातिर कुछ इलाकों में राशन बांट सियासी रोटियां सेंकने में लगे हुए हैं, वहीं दूसरी ओर असलियत में इलाके अंदर इस तरह के भी परिवार है जो भूख के आगे बेबस व लाचार है। पंजाब अंदर लगे कठिन रेयू दौरान दिहाड़ीदारों का कामकाज बंद हो जाने से उनको दो जून की रोटी भी नसीब नहीं हो रही, उल्टा राशन की जगह उनको पुलिस की लाठियां मिल रही है। जी, की समस्या की आ रही है जी? सानू कोई पानी में रह जे भुखे मरी जाने भी नाग लाउंड होया पे इतने ना बीज कल फुल पिया पे थानू कोई भी सहूलत नहीं मिलती कोई नहीं इतने भुखे मरी जाने घरे बैठे जब बाहर जाने थानू पुलिस आले घुटते आई तेरे कमाइए तो खाइए कितों आई है सो ए दसो ती थानू बहुत दुखी तो बहुत भी अत्याचार से बहुत चोरियां करांगे से दुखी है और की करांगे से भी सैटर भन्नांगे कोई खाने ते बच्चियां लई भी आपदे बच्चियां लई तो कुछ भी करांगे से भी चोरी करांगे चप्पा करांगे तो बच्चियां दी जान बचाउणी असीं की करांगे दसो सानू कोई परेशान भी कोई कुछ नहीं लंदा पिया बहुत दुखी होए पे ते भुखे मरते पए आ जवाकां ते ਵੀ ਕੁਛ ਨਾ ਕੁਛ ਤੱਕ ਕਦਮ ਉਠਾਵਾਂਗੇ ਅਸੀਂ ਸ਼ਹਿਰ ਦੇ ਵਿੱਚੋਂ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਹੋਰ ਤੁਹਾਨੂੰ ਮਤਲਬ ਕੋਈ ਰਾਸ਼ਨ ਵਗੈਰਾ ਜਾਂ ਕੋਈ ਹੋਰ ਕੁਛ ਨਹੀਂ ਮਿਲਦਾ ਪਿਆ ਕੁਛ ਨਹੀਂ ਮਿਲਦਾ ਸਾਨੂੰ ਕੁਛ ਨਹੀਂ ਮਿਲਦਾ ਪਿਆ ਤੇ ਭੁੱਖੇ ਮਰੀ ਦਾ ਬੈਂਟਾਬਾਦ ਦੇ ਵਾਸੀ ਆ ਜੀ ਬਹੁਤ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਡਾਂਗਾ ਮਾਰ ਕੇ ਗਏ ਲਾਸ਼ਾਂ ਦੇਖੋ ਢੂਹੀ ਤੇ ਕਿੰਨੀਆਂ ਪੈ ਰਹੀਆਂ ਫਿਰ ਅਸੀਂ ਦੱਸੋ ਗਰੀਬ ਕੀ ਕਰਗੇ ਹੁਣ ਨਾ ਸਾਨੂੰ ਖਾਣ ਨੂੰ ਘਰੇ ਸਿੱਟ ਜਾਣਾ ਸੀ ਜਮਾ ਨੀ ਨਿਕਲਦੇ ਬਾਹਰ ਨਾ ਬਾਹਰ ਜਾਣ ਦਿੰਦੇ ਨਾ ਸਾਨੂੰ ਘਰੇ ਨੂੰ ਐਸ ਐਚ ਓ ਨੇ ਖੁਦ ਆਪ ਆ ਕੇ ਡਾਂਗਾ ਮਾਰੀਆਂ ਮੇਰੇ ਘਰ ਵਾਲੇ ਦੇ ਦੱਸੋ ਹੁਣ ਅਸੀਂ ਗਰੀਬ ਕੀ ਕਰਗੇ ਕਿੱਥੇ ਜਾਗੇ ਹੁਣ ਕੋਲਾ ਮੇਰੇ ਨਜਾਇਜ਼ ਹੀ ਲੱਗ ਗਏ ਕੁੱਟਣ ਕੋ ਮੈਨੂੰ ਆ ਤੇਰੇ ਵੀ ਮਾਰੂਗਾ ਐਸ ਐਚ ਓ ਵੱਡਾ ਡੀ ਐਸ ਪੀ ਜਿਹੜਾ ਸ਼ਿਕਾਇਤ ਕੀਤੀ ਨੀ ਜੀ ਜਾਂਦੇ ਸੀਗੇ ਜਾਣ ਨੀ ਦਿੱਤਾ ਸਾਡੇ ਘਰ ਮਹੱਲੇ ਦੀਆਂ ਬੁੜੀਆਂ ਨੇ ਅੱਗੋ ਮੇਰੇ ਵੀ ਜੁੰਡਿਆਂ ਨੂੰ ਆਇਆ ਵੱਡਾ ਐਸ ਐਚ ਓ ਦੱਸ ਹੁਣ ਗਰੀਬ ਅਸੀਂ ਕਰਕੇ ਰਾਸ਼ਨ ਦਾ ਕੋਈ ਪ੍ਰਬੰਧ ਤੁਹਾਡਾ ਕੋਈ ਹੋ ਰਿਹਾ ਕੁਛ ਨਹੀਂ ਦਿੱਤਾ ਸਾਨੂੰ ਕੁਛ ਵੀ ਇੱਕ ਪੰਜੀ ਦਾ ਸਾਨੂੰ ਸਹਾਇਤਾ ਨਹੀਂ ਕਿਸੇ ਤੋਂ ਹੁਣ ਅਸੀਂ ਦੱਸੋ ਕਿੱਧਰ ਜਾਗੇ ਕਿੱਧਰ ਪਾਸੇ ਗਏ ਅਸੀਂ ਜਬਾਰ ਕੀ ਨਾਮ ਹੈ ਜੀ ਤੁਹਾਡਾ ਸੋਨੀਆ ਜੀ ਮੇਰਾ ਨਾਮ ਅੱਛਾ ਤੇ ਕਿਹੜੇ ਮੁਹੱਲੇ 'ਚ ਰਹਿੰਦੇ ਹੋ ਤੁਸੀਂ ਹਾਂਜੀ ਬੈਂਟਾਬਾਦ ਮੁਹੱਲਾ ਹੈਗਾ ਸ਼ਿਵਰਾਜ ਐਮ ਸੀ ਵਾਲੀ ਗਲੀ ਹੈ ਜੀ ਹਾਂਜੀ ਤੇ ਕੀ ਦਿੱਕਤ ਕੀ ਆ ਰਹੀ ਹੈ ਜੀ ਦਿੱਕਤ ਜੀ ਰਾਸ਼ਨ ਨਹੀਂ ਭੇਜਦੇ ਪਏ ਗਏ ਉੱਥੇ ਮੋਬਾਈਲ ਤੇ ਟੀਵੀਆਂ ਤੇ ਕਈ ਜਾਂਦੇ ਰਾਸ਼ਨ ਭੇਜਾਂਗੇ ਰਾਸ਼ਨ ਭੇਜਾਂਗੇ ਤੇ ਕੋਈ ਰਾਸ਼ਨ ਨਹੀਂ ਭੇਜਦੇ ਬੱਚੇ ਸਾਡੇ ਭੁੱਖੇ ਮਰੀ ਜਾਂਦੇ ਅਸੀਂ ਆਪ ਖੁਦ ਭੁੱਖੇ ਮਰੀਏ ਨੇ ਬੰਦੇ ਸਾਡੇ ਘਰੇ ਬੈਠੇ ਹੈਗੇ ਆ ਤੇ ਸਾਨੂੰ ਰਾਸ਼ਨ ਭੇਜਿਆ ਜਾਵੇ ਕਿੰਨੇ ਕੁ ਪਰਿਵਾਰ ਹੈਗੇ ਜੀ ਇਹ ਪਰਿਵਾਰ 'ਚ ਇਹੀ ਕੀ ਨਾਮ ਦਾ ਸੱਸ ਆ ਸਹੁਰਾ ਮੇਰਾ ਤੇ ਨਣ ਤੇ ਮੇਰੀ ਦੋ ਬੱਚੇ ਆ ਦੋ ਜੀ ਅਸੀਂ ਆਪ ਆ ਸੱਤ ਛੇ ਸੱਤ ਜਣੇ ਹੈਗੇ ਜੀ ਪਰਿਵਾਰ 'ਚ ਤੇ ਪੂਰੇ ਇਸ ਬਸਤੀ ਦੇ ਵਿੱਚ ਹੋਰ ਵੀ ਹੈ ਜਿਹੜੀ ਜਿਨ੍ਹਾਂ ਨੂੰ ਨਹੀਂ ਮਿਲਿਆ ਰਾਸ਼ਨ ਹਾਂਜੀ 25-30 ਮਹੱਲੇ ਦੇ ਹੈਗੇ ਆ ਜੀ ਇਹਨਾਂ ਨੂੰ ਨਹੀਂ ਮਿਲਿਆ 25-30 ਪਰਿਵਾਰ ਹੈਗੇ ਆ ਜੀ ਤੇ ਮਤਲਬ ਰਾਜਾ ਵੜਿੰਗ ਜੀ ਵੱਲੋਂ ਕਿ ਹਾਂਜੀ ਰਾਜਾ ਵੜਿੰਗ ਜੀ ਪਹਿਲਾਂ ਆਉਂਦੇ ਸੀ ਵੋਟਾਂ ਲੈਣੀਆਂ ਸੀ ਉਹ ਸਾਰੀਆਂ ਮਿੰਨਤਾਂ ਕਰਦੇ ਸਾਰਾ ਉਹਨਾਂ ਦਾ ਪਰਿਵਾਰ ਆਉਂਦਾ ਸੀ ਹੁਣ ਸਾਨੂੰ ਆ ਕੇ ਨਹੀਂ ਪੁੱਛਿਆ ਆਸੇ ਪਾਸੇ ਸਾਰੇ ਰਾਸ਼ਨ ਵੰਡ ਗਏ ਹੁਣ ਸਾਨੂੰ ਪੁੱਛ ਹੀ ਨਹੀਂ ਰਹੇ ਇਸ ਗਲੀ 'ਚ ਵੜਦੇ ਹੀ ਨਹੀਂ ਆ ਕਿ ਉਹ ਵੋਟਾਂ ਟਾਈਮ ਹੀ ਆਉਂਦੇ ਆ ਜੀ ਇੱਥੇ ਜਾਂ ਕੋਈ ਤੁਹਾਡੀ ਨੇਤਾ ਜਾਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਹਾਂਜੀ ਹਾਂਜੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੇ ਐਮਸੀਆਂ ਕੋਲ ਜਾਂਦੇ ਉਹ ਵੀ ਕਹਿ ਦਿੰਦੇ ਹੈਗੇ ਆ ਜਾਓ ਸਾਨੂੰ ਨਹੀਂ ਪਤਾ ਆਪਦਾ ਤੁਸੀਂ ਮਿਲਦਾ ਤਾਂ ਲੈ ਲਓ ਸਾਨੂੰ ਕੋਈ ਟੈਨਸ਼ਨ ਨਹੀਂ ਸੀ गिद्दड़बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।